रोस वजो आए हैं असं तो मार्च करांगे जिते तक असं जा सकते हो जिते तक साडे साह होया सी उत्ते तक इन्हां नाल जंग लड़ांगे बैरीकेड भन्नांगे क्यों सारे नौजवानों विच रोस है। कांग्रेस पार्टी के नवजोत सिंह सिद्धू ने अस्तीफा दिता, होर मंत्री भी अस्तीफा दे रहे हैं, की कहना तुहाडा? देखो इन्हों सिर्फ एक ढोंग जिहड़ा रचदे आ कुर्सी की भुख के भुखे ने सारे जने ते कुर्सी की भुख के करके ही इन्हां दी सारी लड़ाई है। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ ਇਸ ਵੇਲੇ ਦੇ ਸਟੂਡੈਂਟ ਆਰਗੇਨਾਈਜੇਸ਼ਨ ਇੰਡੀਆ ਦੇ ਨਾਲ ਮੇਰੇ ਨਾਲ ਨੌਜਵਾਨ ਮੌਜੂਦ ਨੇ, ਗੱਲਬਾਤ ਕਰਾਂਗੇ। ਬਾਈ ਜੀ ਅੱਜ ਤੁਸੀਂ ਕੀ ਮੁੱਦਾ ਲੈ ਕੇ ਨੌਜਵਾਨਾਂ ਦੇ ਨਾਲ ਤੁਰੇ? ਦੇਖੋ ਭੈਣ ਜੀ ਜਿਹੜਾ ਅੱਜ ਦਾ ਇੱਥੇ ਇਕੱਠੇ ਹੋਣ ਦਾ ਮੁੱਦਾ ਹੈ ਜਾਂ ਸੀਐਮ ਸਾਹਿਬ ਦੀ ਕੋਠੀ ਦੇ ਘਰਾਵ ਦਾ ਮੁੱਦਾ ਹੈ, ਜਿਹੜਾ ਇਹਨਾਂ ਨੇ ਜ਼ਮੀਨਾਂ ਅਕਵਾਇਰ ਕਰੀਆਂ ਤੇ ਉਹਦਾ ਸਮਰਥਨ ਮੁੱਲ ਜਿਹੜਾ ਆ ਕੌਡੀਆਂ ਦੇ ਭਾਅ ਜ਼ਮੀਂਦਾਰਾਂ ਨੂੰ ਦੇ ਰਹੇ ਆ, ਉਹਦੇ ਰੋਸ ਦੇ ਵਜੋਂ ਅਸੀਂ ਅੱਜ ਇਕੱਠੇ ਹੋਏ ਆ। ਦੇਖੋ ਆਮ ਵੀ ਪਿੰਡਾਂ ਦੇ ਵਿੱਚ ਅੱਜ 12-12 ਲੱਖ ਤੋਂ ਲੈ ਕੇ ਟਿੱਬੇ ਵਾਲੀ ਜ਼ਮੀਨ ਦਾ ਵੀ 12-14 ਲੱਖ ਰੁਪਈਆ ਕਿੱਲੇ ਦਾ ਰੇਟ ਹੈ। ਤੁਸੀਂ ਸ਼ਹਿਰ ਦੇ ਵਿੱਚ ਚੱਲੇ ਜਾਓ ਤਾਂ ਉਹਦੇ ਵਿੱਚ ਕਿੰਨਾ ਕਰੋੜਾਂ ਦੇ ਵਿੱਚ। ਪਿੰਡਾਂ ਵਾਲੇ ਨੌਜਵਾਨ ਵੀ ਆਏ ਨੇ ਜਾਂ ਤੁਹਾਡੀ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਹੈਗੀ ਉਹ ਹੀ ਆਈ ਹੈ? ਦੇਖੋ ਸਟੂਡੈਂਟਸ ਵੀ ਸਾਰੇ ਪਿੰਡਾਂ 'ਚ ਹੀ ਆਉਂਦੇ ਨੇ ਜੀ, ਸਟੂਡੈਂਟ ਵੀ ਸਾਰੇ ਪਿੰਡਾਂ 'ਚ ਆਉਣ ਵਾਲੇ ਨੇ, ਕੋਈ ਜਲੰਧਰ ਦੇ ਖਾਲਸਾ ਕਾਲਜ ਦੇ ਵਿੱਚ ਆ, ਕੋਈ ਡੀਏਵੀ ਵਿੱਚ ਆ, ਕੋਈ ਕਿਤੇ ਆ, ਸਾਰੇ ਵਿਦਿਆਰਥੀ ਨੇ ਤੇ ਸਾਰੇ ਪਿੰਡਾਂ 'ਚੋਂ ਨੇ ਤੇ ਸਾਰੇ ਜ਼ਿਮੀਂਦਾਰ ਨੇ। ਅਕਾਲੀ ਦਲ ਨਾਲ ਮਿਲ ਕੇ ਕਰ ਰਹੇ ਹੋ ਜਾਂ ਤੁਹਾਡੀ ਸਟੂਡੈਂਟ ਆਰਗੇਨਾਈਜੇਸ਼ਨ ਅੱਜ ਅਲੱਗ ਤੌਰ ਤੇ ਕਰ ਰਹੀ ਜਾਂ ਉਹਨਾਂ ਦੇ ਨਾਲ ਮਿਲ ਕੇ ਕਰ? ਦੇਖੋ ਜਿੰਨਾ ਵੀ ਸਟੂਡੈਂਟ ਆਰਗੇਨਾਈਜੇਸ਼ਨ ਯੂਥ ਅਕਾਲੀ ਦਲ ਸਾਰੇ ਸੁਖਬੀਰ ਜੀ ਦੇ ਪਾਰਟੀ ਪ੍ਰਧਾਨ ਤੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਬਾਹਾਂ ਨੇ, ਸੋ SOI ਵੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਇਕਾਈ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਅਗਵਾਈ ਦੇ ਵਿੱਚ ਅਸੀਂ ਸਾਰਾ ਇਹ ਰੋਸ ਮਾਰਚ ਜਿਹੜਾ ਕਰਨ ਲੱਗੇ ਹਾਂ ਜੀ। ਕੀ ਤੁਸੀਂ ਹੁਣ ਅੱਗੇ ਜਾ ਰਹੇ ਹੋ, ਵੱਧ ਰਹੇ ਹੋ, ਬੈਰੀਕੇਡਿੰਗ ਵੀ ਲੱਗੀ ਹੋਈ ਹੈ, ਜੇ ਤਣਾਅਪੂਰਨ ਸਥਿਤੀ ਬਣਦੀ ਉੱਥੇ ਫਿਰ ਕੀ ਨੌਜਵਾਨੀ ਅੱਗੇ ਕਰੇਗੀ? ਦੇਖੋ ਅਸੀਂ ਰੋਸ ਵਜੋਂ ਆਏ ਹਾਂ, ਅਸੀਂ ਤਾਂ ਮਾਰਚ ਕਰਾਂਗੇ ਜਿੱਥੇ ਤੱਕ ਅਸੀਂ ਜਾ ਸਕਦੇ ਹੋ, ਜਿੱਥੇ ਤੱਕ ਸਾਡੇ ਸਾਹ ਹੋਏ ਅਸੀਂ ਉੱਥੇ ਤੱਕ ਇਹਨਾਂ ਨਾਲ ਜੰਗ ਲੜਾਂਗੇ, ਬੈਰੀਕੇਡ ਭੰਨਾਂਗੇ, ਕਿਉਂ ਸਾਰੇ ਨੌਜਵਾਨਾਂ ਵਿੱਚ ਰੋਸ ਹੈ। ਇਕੱਲਾ ਇਹੀ ਇੱਕ ਮੁੱਦਾ ਨਹੀਂ ਨਾ, ਇਹ ਤਾਂ ਇੱਕ ਸਪੈਸ਼ਲ ਮੁੱਦਾ, ਇਸ ਤੋਂ ਇਲਾਵਾ ਜਿਹੜੇ ਹੋਰ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਸਾਨੂੰ ਗੱਲ ਕਰਨੀ ਪੈਣੀ ਆ, ਚਾਹੇ ਉਹ ਬੇਰੁਜ਼ਗਾਰੀ ਦਾ, ਚਾਹੇ ਘਰ ਘਰ ਨੌਕਰੀਆਂ ਦੇ, ਤੇ ਉਹਨਾਂ ਸਾਰੇ ਮਸਲੇ ਵੀ ਨੌਜਵਾਨਾਂ ਦੇ ਨੇ ਜਿਹੜੇ ਸਾਨੂੰ ਹੱਲ ਕਰਨ ਦੀ ਲੋੜ ਹੈ, ਤੇ ਸਾਡਾ ਰੋਸ ਨੌਜਵਾਨਾਂ ਦਾ ਇਹ ਇੱਕ ਚੀਜ਼ ਹੈ, ਪਰ ਜ਼ਿਮੀਂਦਾਰੀ ਦੇ ਨਾਲ ਜੋ ਇਹਨਾਂ ਨੇ ਘਾਣ ਕਰਿਆ ਕਿਸਾਨਾਂ ਦਾ, ਗਰੀਬਾਂ ਦਾ, ਮਜ਼ਦੂਰਾਂ ਦਾ, ਸਾਰਿਆਂ ਦਾ, ਉਹਦੇ ਲਈ ਵੀ ਸਾਡਾ ਰੋਸ ਜਿਹੜਾ ਬਰਾਬਰ, ਆਪਾਂ ਉਹਨਾਂ ਦੇ ਲਈ ਇਹਨਾਂ ਦੀ ਇੱਟ ਨਾਲ ਇੱਟ ਖੜਕਾਵਾਂਗੇ। ਉੱਥੋਂ ਇੱਕ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹਾਂਗੀ, ਕਾਂਗਰਸ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਹੋਰ ਮੰਤਰੀ ਵੀ ਅਸਤੀਫਾ ਦੇ ਰਹੇ ਨੇ, ਕੀ ਕਹਿਣਾ ਤੁਹਾਡਾ? ਦੇਖੋ ਇਹਨਾਂ ਨੂੰ ਸਿਰਫ ਇੱਕ ਢੋਂਗ ਜਿਹੜਾ ਰਚਦੇ ਆ ਕੁਰਸੀ ਦੀ ਭੁੱਖ ਦੇ ਭੁੱਖੇ ਨੇ ਸਾਰੇ ਜਣੇ, ਤੇ ਕੁਰਸੀ ਦੀ ਭੁੱਖ ਦੇ ਕਰਕੇ ਹੀ ਇਹਨਾਂ ਦੀ ਸਾਰੀ ਲੜਾਈ ਹੈ। ਠੀਕ ਆ, ਲਾਈਵ ਤਸਵੀਰਾਂ ਤੁਹਾਨੂੰ ਬਾਦਲ ਦਿਖਾ ਰਿਹਾ ਕਿ ਕਿਸ ਤਰ੍ਹਾਂ ਰੋਸ ਪ੍ਰਦਰਸ਼ਨ ਹੈਗਾ, ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜੋ ਕਿ ਪ੍ਰਧਾਨ ਨੇ ਉਹ ਵੀ ਪਹੁੰਚ ਚੁੱਕੇ ਨੇ, ਸਿੱਧੀ ਗੱਲਬਾਤ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪ੍ਰਦਰਸ਼ਨ ਹੈ ਤੇ ਕਿੱਥੋਂ ਸ਼ੁਰੂ ਹੋ ਰਿਹਾ ਹੈ। ਨੌਜਵਾਨੀ ਵੀ ਮੌਜੂਦ ਹੈ ਤੇ ਪ੍ਰਧਾਨ ਜੋ ਨੇ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਨੇ, ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਰਹੇ ਹੋ, ਅਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਜੋ ਨੇ ਮਜੀਠੀਆ ਵਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਹੋਏ ਨੇ, ਵਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਹੋਏ ਨੇ, ਅਤੇ ਇਸ ਵੇਲੇ ਦੀ ਲਾਈਵ ਤਸਵੀਰ ਤੁਹਾਨੂੰ ਇਸ ਬ੍ਰੇਕਿੰਗ ਨਿਊਜ਼ ਪੰਜਾਬ ਦੇ ਉੱਤੇ ਦਿਖਾ ਰਹੇ ਹਾਂ। ਵਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਹੋਏ ਨੇ ਨੌਜਵਾਨਾਂ ਦੀ ਅਗਵਾਈ ਕਰਨ ਦੇ ਲਈ, ਸ਼੍ਰੋਮਣੀ ਅਕਾਲੀ ਦਲ ਜੋ ਹੈ ਇਸ ਵੇਲੇ ਇਕੱਠ ਕਰ ਰਹੀ ਹੈ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਰਹੇ ਹੋ। ਵਿਕਰਮਜੀਤ ਸਿੰਘ ਨੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97817 71820।